ਦੋ ਕੁਰਸੀ ਔਰ ਮੰਗਾ ਲਓ। ਛੇ ਵਾਰਦਾਤਾਂ ਕੀਤੀਆਂ ਲੁਧਿਆਣੇ 'ਚ, ਇੱਕ ਵਾਰਦਾਤ ਥੰਨੇ 'ਚ, ਦੋ ਵਾਰਦਾਤਾਂ ਗੁਰਦਾਸਪੁਰ ਦੇ ਵਿੱਚ, ਪੰਜ ਵਾਰਦਾਤਾਂ ਪਟਿਆਲੇ 'ਚ, ਦੋ ਵਾਰਦਾਤ ਕੀਤੀਆਂ ਯਮੁਨਾਨਗਰ ਦੇ ਵਿੱਚ, ਦੋ ਵਾਰਦਾਤਾਂ ਕੀਤੀਆਂ ਕੁਰੂਕਸ਼ੇਤਰ ਦੇ ਵਿੱਚ। ਵੀ ਹੁਣ ਤੱਕ LCD TV ਜਿਹੜੇ ਨੇ 13 LCD TV ਮਾਈਕਰੋ ਸੋਸਾਇਟੀ ਪੇਟੀਆਂ ਇਨਵੋਲਵਡ ਨੇ, ਜ਼ਿਆਦਾਤਰ ਉਹ ਦੁਕਾਨਾਂ ਪੈਸੇ ਬਾਈ ਬਹੁਤ ਟਾਰਗੇਟ ਕਰਦੇ ਸੀ। ਬਾਕੀ ਜੇ ਅਸੀਂ ਔਰ ਇਨਵੈਸਟੀਗੇਸ਼ਨ ਕਰਾਂਗੇ ਕਿ ਬਈ ਇੰਨੀ ਚੋਰੀਆਂ ਤੁਸੀਂ ਕਰ ਰਹੇ ਹੋ, ਉਸ ਮਾਲ ਦਾ ਤੁਸੀਂ ਮੂਣੇ ਕਹਿ ਦੇਣਾ ਆ ਤੁਹਾਨੂੰ ਇਹ ਭੈਣ ਤੋਂ ਬੜੇ ਪੈਰੇ ਉਹ ਫੜ ਦੇ। ਇਹ ਕੀ ਹੋ ਗਿਆ ਜੀ? ਇਹ ਸੁੱਕੇ ਨੂੰ ਬਾਜ਼ ਮਾਰੇ, ਸੁੱਕੇ ਨੂੰ ਜੀ ਫਿਰ ਉਹ ਵੀ ਕੱਢ ਦੇ ਬਲਜਿੰਦਰ ਨੂੰ। ਅੱਛਾ, ਕਿਆ ਤੋਂ ਰਹੇ ਸਰ? ਵਜ਼ੀਰ ਜੀ, ਇੱਕ ਇਹ ਗੈਂਗ ਹੈਗਾ, ਇੰਟਰ ਸਟੇਟ ਗੈਂਗ ਹੈ, ਇਹਨਾਂ ਨੇ ਵਾਰਦਾਤਾਂ ਪੰਜਾਬ ਵਿੱਚ ਵੀ ਕੀਤੀਆਂ, ਹਰਿਆਣੇ 'ਚ ਵੀ ਕੀਤੀਆਂ, ਜ਼ਿਆਦਾ ਵਾਰਦਾਤਾਂ ਪੰਜਾਬ ਵਿੱਚ ਕੀਤੀਆਂ। ਇਹਨਾਂ ਦੇ ਗੈਂਗ ਦਾ ਮੇਨ ਲੀਡਰ ਹੈ ਨਿੰਮਾ ਸਫਦਲਪੁਰੀਆ, ਟੋਟਲ 7 ਬੰਦੇ ਅਸੀਂ ਫੜੇ ਹਾਂ। ਇਹਨਾਂ ਨੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ, ਮਤਲਬ ਕੁੱਲ ਜਿਹੜੀ ਹੁਣ ਤੱਕ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ, ਤਕਰੀਬਨ 36 ਵਾਰਦਾਤਾਂ ਜਿਹੜੀਆਂ ਉਹ ਕੀਤੀਆਂ। ਔਰ ਡਿਟੇਲ ਜਿਹੜੀ ਹੈਗੀ ਮੈਂ ਦੱਸਦਾ, ਲੁਧਿਆਣੇ 6, ਖੰਨਾ 1, ਗੁਰਦਾਸਪੁਰ 2, ਪਟਿਆਲਾ 5, ਹੁਸ਼ਿਆਰਪੁਰ 2, ਜਲੰਧਰ 2, ਬਰਨਾਲਾ 5, ਅੰਮ੍ਰਿਤਸਰ 2, ਨਵਾਂਸ਼ਹਿਰ 1, ਮਾਨਸਾ ਮੋਗਾ 1-1 ਏਕ ਈਚ, ਹਰਿਆਣੇ 'ਚ ਵੀ ਇਹਨਾਂ ਨੇ 4 ਯਮੁਨਾਨਗਰ ਦੇ ਵਿੱਚ ਕੀਤੀਆਂ, 2 ਕੁਰੂਕਸ਼ੇਤਰ, 2 ਅੰਬਾਲਾ। ਔਰ ਟੋਟਲ ਜਿਹੜਾ ਅਸੀਂ ਸਮਾਨ ਫੜਿਆ ਇਹਨਾਂ ਤੋਂ ਹੁਣ ਤੱਕ, ਉਹ ਹੈਗਾ 13 LCD, 4 ਮਾਈਕ੍ਰੋਵੇਵ, 13 ਵਾਸ਼ਿੰਗ ਮਸ਼ੀਨ, 10 ਫਰਿੱਜ, ਤਕਰੀਬਨ 140 ਕਣਕ ਦੀ ਬੋਰੀਆਂ,
440 ਪੇਟੀਆਂ ਪੈਸਟੀਸਾਈਡਸ ਦੀ, ਉਸ ਤੋਂ ਇਲਾਵਾ ਇੱਕ ਬੁਲੈਰੋ ਪਿਕਅਪ ਜੀਪ, ਇੱਕ ਕੈਂਟਰ, ਇੱਕ ਟਰੱਕ, ਜਿਸ ਦੀ ਟੋਟਲ ਅਪਰੋਕਸੀਮੇਟ ਮਾਰਕੀਟ ਵੈਲਿਊ ਪੈ ਜਾਂਦੀ ਹੈ 100 ਕਰੋੜ ਦੇ ਉੱਤੇ, 100 ਲੱਖ ਦੇ ਉੱਤੇ, 1 ਕਰੋੜ ਦੇ ਉੱਤੇ। ਅਤੇ ਉਸ ਤੋਂ ਇਲਾਵਾ ਤਕਰੀਬਨ 8 ਲੱਖ ਦਾ ਅਸੀਂ ਕੈਸ਼ ਬਰਾਮਦ ਕੀਤਾ। ਜਿਹੜਾ ਇਹਨਾਂ ਦੇ ਚੋਰੀ ਦੀ ਜਿਹੜੀ ਫਾਈਨੈਂਸ਼ੀਅਲ ਪ੍ਰੋਸੀਡ ਸੀ, ਉਹ ਫਾਈਨੈਂਸ਼ੀਅਲ ਆਪਾਂ ਪਤਾ ਕਰਕੇ ਫਿਰ 8 ਲੱਖ ਜਿਹੜਾ ਪੈਸਾ ਹੈਗਾ ਬੇਸਿਕਲੀ ਇਹ ਚੋਰੀ ਦੇ ਮਾਲ ਦਾ ਹੀ ਪੈਸਾ ਹੈ। ਅਤੇ ਉਸ ਤੋਂ ਇਲਾਵਾ ਜੇ ਅੱਗੇ ਔਰ ਵੀ ਇਨਵੈਸਟੀਗੇਸ਼ਨ ਜਾਰੀ ਹੈ, ਜਿਹੜੀ ਇਹਨਾਂ ਨੇ ਕੋਈ ਔਰ ਵਾਰਦਾਤਾਂ ਕੀਤੀਆਂ, ਔਰ ਸਮਾਨ ਚੋਰੀ ਕੀਤਾ, ਉਹ ਵੀ ਸਾਰਾ ਮਤਲਬ ਕਿ ਕੋਈ ਔਰ ਹੈਗਾ ਅਤੇ ਉਹ ਵੀ ਅਸੀਂ ਕਰਾਂਗੇ। ਫਿਰ ਉਹਦੇ ਕਿੰਨੇ ਮੈਂਬਰ ਜੀ? ਟੋਟਲ ਹੁਣ ਤੱਕ ਅਸੀਂ 7 ਬੰਦੇ ਫੜੇ ਹਾਂ ਜੀ। ਬੈਕਗਰਾਊਂਡ ਜੀ, ਆਲਮੋਸਟ ਸਾਰਿਆਂ ਨੇ ਕਾਫੀ ਟਾਈਮ ਤੋਂ ਇਹ ਚੋਰੀਆਂ ਦੀ ਵਾਰਦਾਤਾਂ ਕਰਦੇ ਹੋਏ ਆ ਰਹੇ ਨੇ। ਇਹਨਾਂ ਦੇ ਉੱਤੇ 2010 ਦੇ ਵਿੱਚ ਜਿਹੜਾ ਮੇਨ ਲੀਡਰ ਨਿੰਮਾ ਸਫਦਲਪੁਰੀ ਹੈ, ਇਸ ਦੇ ਉੱਪਰ 2010 ਵਿੱਚ ਰੋਪੜ ਪੁਲਿਸ ਵੱਲੋਂ ਵੀ ਇੱਕ ਪਰਚਾ ਦਰਜ ਕੀਤਾ ਗਿਆ ਸੀ। ਅਤੇ ਉਸ ਤੋਂ ਬਾਅਦ ਇਸ ਵੇਲੇ ਸਾਰੇ ਬਾਹਰ ਘੁੰਮਦੇ ਸੀ ਅਤੇ ਹੁਣ ਅਸੀਂ ਇਹਨਾਂ ਨੂੰ ਇਹ ਗ੍ਰਿਫਤਾਰ ਕੀਤਾ। ਮੁਕੱਦਮੇ ਜੀ ਅਸੀਂ ਇੱਕ ਵਾਰ ਚੈੱਕ ਕਰ ਲਾਂਗੇ, ਬਟ ਜਿੱਦਾਂ ਮੈਨੇ ਕਿਹਾ ਜਿਹੜਾ ਮੇਨ ਮੁਕੱਦਮਾ ਸੀ ਜਿਹਦੇ ਵਿੱਚ ਜੇਲ੍ਹ ਦੇ ਅੰਦਰ ਗਏ ਸੀ ਇਸ ਵਾਰਦਾਤ ਤੋਂ ਪਹਿਲਾਂ, ਉਹ ਸੀਗਾ 2010 ਦੇ ਵਿੱਚ। ਕਿੰਨੀ ਕੁ ਉਮੀਦ ਹੈ ਜੀ ਹੋਰ ਰਿਕਵਰੀ ਇਹਨਾਂ ਤੋਂ ਨਿਕਲ ਸਕਦੀ? ਡੈਫੀਨੇਟਲੀ ਜੀ, ਕਿਉਂਕਿ ਇਹ ਕਾਫੀ ਇੱਕ ਵੱਡਾ ਗੈਂਗ, ਇਹਨਾਂ ਨੇ ਵਾਰਦਾਤਾਂ ਬਹੁਤ ਕੀਤੀਆਂ। ਅਸੀਂ ਹੁਣ ਤੱਕ ਵੀ ਜਿੱਦਾਂ ਤੁਹਾਡੇ ਸਾਹਮਣੇ ਮਾਲ ਪੇਸ਼ ਕੀਤਾ, ਇਸ ਤੋਂ ਇਲਾਵਾ ਅਸੀਂ ਔਰ ਜ਼ਿਲ੍ਹਿਆਂ ਨੂੰ ਵੀ ਇਨਫੋਰਮ ਕਰਾਂਗੇ, ਤਾਂ ਡੈਫੀਨੇਟਲੀ ਇਨਵੈਸਟੀਗੇਸ਼ਨ ਤੋਂ ਬਾਅਦ ਮੇਰਾ ਵਿਸ਼ਵਾਸ ਹੈ ਕਿ ਔਰ ਵੀ ਰਿਕਵਰੀ ਹੋਏਗੀ। ਸਰ ਇਹ ਮੇਨ ਕਿਹੜੇ ਕਿਹੜੇ ਇਲਾਕੇ ਸਰਗਰਮ? ਲੁਧਿਆਣਾ, ਖੰਨਾ, ਇਨਫੈਕਟ ਮੈਕਸੀਮਮ ਵਾਰਦਾਤਾਂ ਜੇ ਆਪਾਂ ਵੇਖੀਏ ਇਹਨਾਂ ਨੇ ਕੀਤੀਆਂ, 6 ਵਾਰਦਾਤਾਂ ਲੁਧਿਆਣੇ 'ਚ, 5 ਵਾਰਦਾਤਾਂ ਬਰਨਾਲੇ 'ਚ। ਉਸ ਤੋਂ ਇਲਾਵਾ ਜਿੱਦਾਂ ਖੰਨਾ, ਗੁਰਦਾਸਪੁਰ, ਪਟਿਆਲਾ, ਹੁਸ਼ਿਆਰਪੁਰ, ਜਲੰਧਰ, ਬਰਨਾਲਾ, ਨਵਾਂਸ਼ਹਿਰ, ਅੰਮ੍ਰਿਤਸਰ, ਮਾਨਸਾ, ਮੋਗਾ ਅਤੇ ਹਰਿਆਣੇ ਦੇ ਵਿੱਚ ਕੁਰੂਕਸ਼ੇਤਰ, ਯਮੁਨਾਨਗਰ, ਅੰਬਾਲਾ, ਇਹਨਾਂ ਸਾਰਿਆਂ ਵਿੱਚ ਇਹਨਾਂ ਨੇ ਇੱਕ ਦੋ ਤਿੰਨ ਵਾਰਦਾਤਾਂ ਕੀਤੀ ਵੀ ਹੈ। ਐਕਚੁਲੀ ਜੀ ਅਸੀਂ ਪੁੱਛਗਿੱਛ ਤੋਂ ਇਹਨਾਂ ਤੋਂ ਪਤਾ ਕੀਤਾ ਸੀ ਕਿ ਮਤਲਬ ਕਿ ਕਿੱਥੇ ਇਹਨਾਂ ਨੇ ਮਾਲ ਅੱਗੇ ਵੇਚਿਆ ਹੈ, ਕਿੱਥੋਂ ਇਹਨਾਂ ਨੇ ਕੀ ਕੀਤਾ ਹੈ, ਅਤੇ ਇਨਵੈਸਟੀਗੇਸ਼ਨ ਦੌਰਾਨ ਜਿੱਥੋਂ ਜਿਹੜਾ ਸਮਾਨ ਅਸੀਂ ਟਰੇਸ ਕਰ ਸਕੇ ਹਾਂ ਉਹ ਅਜੇ ਅਸੀਂ ਇੱਥੇ ਪੇਸ਼ ਕਰ ਰਹੇ ਹਾਂ। ਔਰ ਬਾਕੀ ਵੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਅੱਗੇ ਸਮਾਨ ਆਉਂਦਾ ਹੈ, ਇਨਫੋਰਮੇਸ਼ਨ ਮਿਲਦੀ ਹੈ, ਅਤੇ ਅੱਗੇ ਵੀ ਫਿਰ ਔਰ ਇਨਫੋਰਮੇਸ਼ਨ ਮਿਲੂਗੀ। ਖੰਨੇ ਜੀ ਜਿਹੜੀ ਵਾਰਦਾਤ ਕੀਤੀ ਸੀ ਉਹ ਸਮਰਾਲੇ 'ਚ ਪੈਂਦਾ, ਲੱਕੀ ਟੀ ਵੀ ਸੈਂਟਰ, ਸਮਰਾਲਾ ਰੋਡ, ਖੰਡਾ। ਤਾਂ ਜਿਹੜੀ ਵਾਰਦਾਤ, ਜਿਹੜੀ ਇਨਫੋਰਮੇਸ਼ਨ ਮਿਲੀ ਹੈ ਇਹਨਾਂ ਨੇ, 7 LCD TV, 15 ਵਾਸ਼ਿੰਗ ਮਸ਼ੀਨ, 5 AC, 2 TV ਅਤੇ 2 ਗੀਜ਼ਰ ਚੋਰੀ ਕੀਤੇ ਸੀ। ਸਮਾਨ ਸਮੇਤ ਯਾਨੀ ਕਿ ਚੋਰੀ ਕੀਤੇ ਹੋਏ ਨੇ ਜਾਂ ਖਾਲੀ ਲੈ ਕੇ ਆਉਂਦੇ ਸੀ ਜਾਂ ਸਮਾਨ ਭਰਨ ਲਈ? ਟਰੱਕ ਨਹੀਂ ਜੀ, ਬਿਲਕੁਲ ਇਹ ਐਕਚੁਲੀ ਟਰੱਕ ਡਰਾਈਵ ਕਰਕੇ ਜਿੱਥੇ ਚੋਰੀ ਕਰਨੀ ਦੁਕਾਨ 'ਤੇ ਲੈ ਕਰ ਜਾਂਦੇ ਸੀ, ਦੁਕਾਨ ਸਾਰਾ ਚੋਰੀ ਚੋਰੀ ਦਾ ਮਾਲ ਭਰ ਕੇ ਪੂਰੇ ਟਰੱਕ ਨੂੰ ਭਰ ਲੈਂਦੇ ਸੀ ਔਰ ਫਿਰ ਜਾਂਦੇ ਸੀ। ਤਾਂ ਟਰੱਕ ਇੱਕ ਵਾਰਦਾਤ ਦਾ ਹਿੱਸਾ ਸੀ। ਇਹ ਜਿਹੜੇ ਤਿੰਨੋਂ ਟਰੱਕ ਨੇ ਇਹ ਵੀ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤੇ ਹੋਏ ਨੇ। ਔਰ ਬੇਸਿਕਲੀ ਇਹਨਾਂ ਦਾ ਮੋਡਸ ਆਪਰੈਂਡਾ ਇਹੀ ਸੀ ਕਿ ਦੁਕਾਨ 'ਤੇ ਮਤਲਬ ਕਿ ਉਹ ਦੁਕਾਨ ਨੂੰ ਖੋਲ੍ਹ ਕੇ ਪਾੜ ਕੇ ਜਾਂ ਸ਼ਟਰ ਨੂੰ ਤੋੜ ਕੇ ਫਿਰ ਚੋਰੀ ਕਰਕੇ ਜੋ ਵੀ ਸਮਾਨ ਸੀ ਸਾਰਾ ਲਾਦ ਕੇ ਆਪਣਾ ਲੈ ਕੇ ਜਾਂਦੇ ਸੀ। ਟੋਟਲ ਗੱਡੀਆਂ ਕਿੰਨੀਆਂ ਬਰਾਮਦ ਹੋਈਆਂ ਨੇ ਜੀ ਇਹਨਾਂ ਕੋਲ ਜਿਹੜੀਆਂ ਨਾਲ ਇਹ ਚੋਰੀ ਕਰਦੇ ਸੀ? ਹੁਣ ਤੱਕ ਜੀ 3 ਗੱਡੀਆਂ ਬਰਾਮਦ ਹੋਈਆਂ, 1 ਕੈਂਟਰ, 1 ਟਰੱਕ, 1 ਬੁਲੈਰੋ, ਬੁਲੈਰੋ ਐਕਸਲ, ਬੁਲੈਰੋ ਜੀਪ ਪਿਕਅਪ। ਤਾਂ ਜਿੱਥੇ ਵਾਰਦਾਤ ਕਰਦੇ ਸੀ ਉੱਥੇ ਲੋਕਲ ਵੀ ਇਹਨਾਂ ਦਾ ਕੋਈ ਜਾਣ ਪਛਾਣ ਹੋ ਗਈ ਤਾਂ ਹੀ ਰੱਖੀ ਕਰਦੇ ਵੀ ਇੰਨਾ ਸਮਾਨ ਕਾ ਇੰਨਾ ਪਿਆ? ਹਾਂਜੀ, ਮਤਲਬ ਦੇਖੋ ਜਿਹੜੀ ਵੀ ਚੋਰੀ ਕਰ ਰਹੇ ਹਾਂ ਜੀ ਉਹ ਇਨਵੈਸਟੀਗੇਸ਼ਨ ਦਾ ਮਾਮਲਾ, ਅਸੀਂ ਸਾਰੀ ਡਿਟੇਲ ਤਾਂ ਸ਼ੇਅਰ ਨਹੀਂ ਕਰ ਸਕਦੇ, ਬਟ ਜਿਹੜਾ ਬੇਸਿਕ ਮੋਡਸ ਆਪਰੈਂਡ ਹੈ ਮੈਨੇ ਤੁਹਾਨੂੰ ਦੱਸਿਆ ਹੀ ਹੈ ਕਿ ਉੱਥੇ ਜਾ ਕਰਕੇ ਜਿਹੜੀ ਦੁਕਾਨ ਸੀ ਰਾਤ ਦੇ ਟਾਈਮ ਉੱਥੇ ਸ਼ਟਰ ਪਾੜ ਕਰਕੇ ਜਾਂ ਦੁਕਾਨ ਦਾ ਕਿਸ ਤਰੀਕੇ ਤੋਂ ਐਂਟਰੀ ਕਰਕੇ